ਖੁਰਾਕ ਦੇ ਵਿੱਚ ਕਾਲਾ ਨਮਕ ਜ਼ਰੂਰ ਕਰੋ ਸ਼ਾਮਲ। ਹਾਈ ਬਲੱਡ ਪ੍ਰੈਸ਼ਰ ਸਣੇ ਇਹਨਾਂ ਰੋਗਾਂ ਤੋਂ ਮਿਲੇਗੀ ਮੁਕਤੀ। ਹੋਰ ਵੀ ਫਾਇਦੇ ਜਾਣ ਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼। ਹਾਂਜੀ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੈਲਥ ਟਿਪਸ ਪ੍ਰੋਗਰਾਮ ਦੇ ਵਿੱਚ। ਅੱਜ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਨ ਲੱਗੀਆਂ ਕਾਲੇ ਨਮਕ ਦੇ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ। ਵੈਸੇ ਤਾਂ ਕਾਲਾ ਨਮਕ ਕਾਫੀ ਜ਼ਿਆਦਾ ਟੇਸਟੀ ਹੁੰਦਾ, ਜਿੰਨਾ ਉਹ ਖਾਣ ਦੇ ਵਿੱਚ ਟੇਸਟੀ ਹੁੰਦਾ ਉਦੋਂ ਕਿਤੇ ਜ਼ਿਆਦਾ ਇਸ ਨਮਕ ਦੇ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਆ। ਅਕਸਰ ਅਸੀਂ ਸਲਾਦ ਦੇ ਵਿੱਚ ਜਾਂ ਕਈ ਸਾਰੀਆਂ ਡਰਿੰਕਸ ਦੇ ਵਿੱਚ ਕਾਲੇ ਨਮਕ ਦੀ ਵਰਤੋਂ ਕਰਦੇ ਹਾਂ, ਪਰ ਜਦੋਂ ਤੁਸੀਂ ਕਾਲੇ ਨਮਕ ਦੇ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ ਜਾਣੋਗੇ ਤੁਹਾਡੇ ਸੱਚੀ ਹੋਸ਼ ਉੱਡ ਜਾਣਗੇ। ਤੁਸੀਂ ਸੋਚੋਗੇ ਕਿ ਜੇਕਰ ਕਾਲੇ ਨਮਕ ਦੇ ਇੰਨੇ ਸਾਰੇ ਫਾਇਦੇ ਆ ਤਾਂ ਫਿਰ ਅਸੀਂ ਹੋਰ ਨਮਕ ਇਸ ਦੀ ਜਗ੍ਹਾ ਦੇ ਉੱਤੇ ਕਿਉਂ ਇਸਤੇਮਾਲ ਕਰੀਏ, ਕਿਹੜੇ ਕਿਹੜੇ ਫਾਇਦੇ ਨੇ, ਕਿਸ ਬਿਮਾਰੀ ਤੋਂ ਰਾਹਤ ਦਵਾਉਣ ਵਾਸਤੇ ਕਾਲਾ ਨਮਕ ਤੁਹਾਡੇ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਊਗਾ, ਆਓ ਜਾਣ ਲੈਂਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਰ ਘੱਟ ਕਰਨ ਦੇ ਬਾਰੇ। ਕਾਲੇ ਲੂਣ ਦੇ ਵਿੱਚ ਪਾਏ ਜਾਣ ਵਾਲਾ ਖਣਿਜ ਐਂਟੀ ਬੈਕਟੀਰੀਅਲ ਦਾ ਕੰਮ ਕਰਦਾ ਹੈ, ਜਿਸ ਨਾਲ ਸਰੀਰ ਦੇ ਵਿੱਚ ਮੌਜੂਦ ਖਤਰਨਾਕ ਬੈਕਟੀਰੀਆ ਖਤਮ ਹੋ ਜਾਂਦੇ ਆ। ਇਹ ਪਾਚਨ ਨੂੰ ਦਰੁਸਤ ਕਰਕੇ ਸਰੀਰ ਦੀਆਂ ਕੋਸ਼ਿਕਾਵਾਂ ਤੱਕ ਪੋਸ਼ਣ ਪਹੁੰਚਾਉਂਦੇ ਨੇ, ਜਿਸ ਨਾਲ ਮੋਟਾਪੇ ਨੂੰ ਕਾਬੂ ਕੀਤਾ ਜਾਂਦਾ ਅਤੇ ਭਾਰ ਵੀ ਨਹੀਂ ਵੱਧਦਾ। ਢਿੱਡ ਵਾਸਤੇ ਫਾਇਦੇਮੰਦ, ਕਾਲੇ ਲੂਣ ਨੂੰ ਆਯੁਰਵੇਦ ਦੇ ਵਿੱਚ ਕੂਲਿੰਗ ਸੋਲਟ ਮੰਨਿਆ ਜਾਂਦਾ। ਢਿੱਡ ਦੇ ਵਿੱਚ ਹੋਣ ਵਾਲੀਆਂ ਪਰੇਸ਼ਾਨੀਆਂ ਨੂੰ ਜਲਦੀ ਠੀਕ ਕਰਨ ਦਾ ਇਹ ਕੰਮ ਕਰਦਾ। ਇਹ ਕਬਜ਼, ਢਿੱਡ ਦੀ ਖਰਾਬੀ, ਢਿੱਡ ਫੁੱਲਣਾ ਆਦਿ ਦੀ ਸਮੱਸਿਆ ਨੂੰ ਠੀਕ ਕਰਦਾ ਅਤੇ ਅੱਖਾਂ ਵਾਸਤੇ ਵੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ। ਕਫ ਦੀ ਸਮੱਸਿਆ, ਸਰਦੀ ਦੀ ਖੰਘ ਅਸਥਮਾ ਨੂੰ ਠੀਕ ਰੱਖਣ ਦੇ ਵਿੱਚ ਕਾਲਾ ਲੂਣ ਕਾਫੀ ਮਦਦਗਾਰ ਹੈ। ਇਸ ਨੂੰ ਤੁਸੀਂ ਕੋਸੇ ਪਾਣੀ, ਉਬਲੇ ਅੰਡੇ ਦੇ ਵਿੱਚ ਪਾ ਕੇ ਵੀ ਇਸਦਾ ਸੇਵਨ ਕਰ ਸਕਦੇ ਹੋ। ਕਾਲੇ ਲੂਣ ਦੇ ਨਾਲ ਬਣੇ ਗਰਮ ਪਾਣੀ ਦੀ ਭਾਫ਼ ਦੇ ਨਾਲ ਬਲਗਮ, ਕਫ ਅਤੇ ਖੰਘ ਦੂਰ ਕਰਨ ਦੇ ਵਿੱਚ ਕਾਫੀ ਮਦਦ ਮਿਲਦੀ ਹੈ। ਹਾਈ ਬਲੱਡ ਪ੍ਰੈਸ਼ਰ, ਹਾਈ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਲੋਕਾਂ ਨੂੰ ਕਾਲੇ ਲੂਣ ਦਾ ਸੇਵਨ ਕਰਨਾ ਚਾਹੀਦਾ। ਕਾਲਾ ਲੂਣ ਦੇ ਵਿੱਚ ਸੋਡੀਅਮ ਦੀ ਮਾਤਰਾ ਘੱਟ ਹੋਣ ਕਰਕੇ ਹਾਈ ਬਲੱਡ ਪ੍ਰੈਸ਼ਰ ਜੋ ਹੈ ਕਾਬੂ ਦੇ ਵਿੱਚ ਰਹਿੰਦਾ। ਗੈਸ ਦੀ ਸਮੱਸਿਆ, ਤਾਂਬੇ ਦੇ ਭਾਂਡੇ ਦੇ ਵਿੱਚ ਅੱਧਾ ਚਮਚ ਲੂਣ ਗਰਮ ਕਰੋ ਅਤੇ ਫਿਰ ਇਸ ਲੂਣ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਮਿਲਾ ਕੇ ਪੀ ਲਓ। ਅਜਿਹਾ ਕਰਨ ਦੇ ਨਾਲ ਗੈਸ ਦੀ ਸਮੱਸਿਆ ਠੀਕ ਹੋ ਜਾਏਗੀ। ਜੋੜਾਂ ਦੇ ਦਰਦ ਤੋਂ ਵੀ ਮਿਲੇਗੀ ਰਾਹਤ। ਸਰੀਰ ਦੀਆਂ ਮਾਸਪੇਸ਼ੀਆਂ ਦੇ ਵਿੱਚ ਹਮੇਸ਼ਾ ਹੀ ਦਰਦ ਰਹਿੰਦਾ ਹੈ ਤਾਂ ਤੁਸੀਂ ਅਜਿਹੀ ਹਾਲਤ ਦੇ ਵਿੱਚ ਕਾਲੇ ਲੂਣ ਦਾ ਇਸਤੇਮਾਲ ਕਰ ਸਕਦੇ ਹੋ। ਇਸਦਾ ਸੇਵਨ ਕਰਨ ਦੇ ਨਾਲ ਜੋੜਾਂ ਨੂੰ ਕਾਫੀ ਜ਼ਿਆਦਾ ਆਰਾਮ ਮਿਲੇਗਾ। ਸਿੱਕਰੀ ਨੂੰ ਘਰੇ ਦੂਰ, ਰੂਸੀ ਸਾਡੇ ਵਾਲਾਂ ਵਾਸਤੇ ਕਾਫੀ ਨੁਕਸਾਨਦਾਇਕ ਹੈ। ਵਾਲਾਂ ਦੇ ਸਮੇਂ ਤੋਂ ਪਹਿਲਾਂ ਝੜਨਾ, ਸਫੇਦ ਹੋਣਾ ਅਤੇ ਰੁੱਖੇ ਰੁੱਖੇ ਹੋਣਾ ਇੱਕ ਰੂਸੀ ਜਿਹੜਾ ਹੈਗਾ ਮਹੱਤਵਪੂਰਨ ਕਾਰਨ ਮੰਨਿਆ ਗਿਆ। ਕਾਲਾ ਲੂਣ ਅਤੇ ਲਾਲ ਟਮਾਟਰ ਦਾ ਮਿਸ਼ਰਣ ਵਾਲਾਂ ਤੇ ਲਗਾਉਣ ਦੇ ਨਾਲ ਰੂਸੀ ਜਲਦ ਹੀ ਗਾਇਬ ਹੋ ਜਾਂਦੀ ਹੈ। ਪਾਚਨ ਤੰਤਰ ਨੂੰ ਰੱਖੇ ਸਹੀ, ਪਾਚਨ ਤੰਤਰ ਨੂੰ ਸਹੀ ਰੱਖਣ ਵਾਸਤੇ ਵੀ ਕਾਲੇ ਲੂਣ ਦਾ ਸੇਵਨ ਕਰਨਾ ਚਾਹੀਦਾ। ਇਸ ਤੋਂ ਇਲਾਵਾ ਢਿੱਡ ਦੇ ਦਰਦ, ਢਿੱਡ ਦੇ ਵਿੱਚ ਬਣਨ ਵਾਲੀ ਗੈਸ, ਢਿੱਡ ਫੁੱਲਣਾ, ਕਬਜ਼ ਆਦਿ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਕਾਲੇ ਲੂਣ ਦਾ ਤੁਸੀਂ ਸੇਵਨ ਕਰੋ, ਕਿਉਂਕਿ ਇਹ ਬਹੁਤ ਹੀ ਪ੍ਰਭਾਵਸ਼ਾਲੀ ਹੈ। ਛਾਤੀ ਦੇ ਵਿੱਚ ਜਲਨ, ਛਾਤੀ ਦੇ ਵਿੱਚ ਜਲਨ ਦੀ ਸਮੱਸਿਆ ਹੋਣ 'ਤੇ ਕਾਲੇ ਲੂਣ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ। ਇਹ ਢਿੱਡ ਦੇ ਵਿੱਚ ਜਾ ਕੇ ਐਸਿਡ ਨੂੰ ਵਧਣ ਨਹੀਂ ਦਿੰਦਾ, ਜਿਸ ਦੇ ਨਾਲ ਛਾਤੀ ਦੇ ਵਿੱਚ ਜਲਨ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ। ਸੋ ਦੋਸਤੋ, ਤੁਸੀਂ ਜਾਣ ਹੀ ਗਏ ਹੋਵੋਗੇ ਕਿ ਕਾਲਾ ਨਮਕ ਖਾਣ ਦੇ ਕਿਹੜੇ ਕਿਹੜੇ ਫਾਇਦੇ ਨੇ। ਸੋ ਤੁਸੀਂ ਅਗਰ ਇਹਨਾਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਚਿੱਟਾ ਨਮਕ ਛੱਡ ਕੇ ਤੁਸੀਂ ਅਗਰ ਕਾਲਾ ਲੂਣ ਖਾਣਾ ਸ਼ੁਰੂ ਕਰ ਦਿੰਦੇ ਹੋ ਤਾਂ ਤੁਹਾਨੂੰ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਜਲਦ ਹੀ ਰਾਹਤ ਮਿਲ ਜਾਏਗੀ ਅਤੇ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਨਾ ਤਾਂ ਫਿਕਰ ਕਰਨ ਦੀ ਲੋੜ ਹੈ, ਨਾ ਹੀ ਕਿਸੇ ਵੀ ਤਰ੍ਹਾਂ ਦਾ ਕੋਈ ਬਹੁਤਾ ਪੈਸਾ ਲਗਾਉਣ ਦੀ ਲੋੜ ਹੈ।